हस्पताल तक के मार्च लैके आए तो मोहम्मद सदीक जिहड़े पंजाबी कलाकार भी ने, सदीक साहब एक कलाकार के तौर पर किवें देख रहे हो इस दुख नूं? जो कुछ होया बहुत माड़ा होया, इन्ना माड़ा मैं समझदा मेरे को इन्ने भैड़े शब्द नहीं जिहड़े मैं इहदा इहदा वर्णन कर सका। एक कलाकार, पंजाबी कलाकार जिन्हें पंजाबी माँ बोली की सेवा की, जिन्हें पंजाबी माँ बोली नूं दुनिया तक पहुँचा दिता और दुनिया के विच उहदे लखां नहीं करोड़ां वी वरस, और उस बंदे नूं सिर्फ फरौती पिछे मार देना या मरवा देना मैं समझदा गलत है। तौर पर पैसे की मांग की जाती है, एक मेहनत की कमाई के विचों पैसे की मांग। हाँ मैं यही कहना, देखो जिस तरह जिमीदार किसान सप्पां दीआं सिरियां मिध मिध के पैसा कमाउंदा, उवें जिहड़े 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 गायक ने ਉਹ ਰਾਤ ਬਰਾਤੇ ਸੜਕਾਂ ਤੇ ਤੁਰ ਕੇ ਫਿਰ ਕੇ ਪ੍ਰੋਗਰਾਮ ਕਰਕੇ ਲੋਕਾਂ ਤੋਂ ਕਿਸੇ ਚੰਗਾ ਮਾੜਾ ਕਹਾ ਕੇ ਫਿਰ ਪੈਸੇ, ਉਹ ਕਿਵੇਂ ਦੇ ਦੇਵੇ? ਇਸ ਕਰਕੇ ਮੈਂ ਸਮਝਦਾ ਜੋ ਹੋਇਆ ਗਲਤ ਹੋਇਆ, ਬਹੁਤ ਗਲਤ ਹੋਇਆ। ਔਰ ਤੁਸੀਂ ਵੀ ਦੇਖਿਆ ਹੋਇਆ ਜਦੋਂ ਇੱਕ ਟਾਈਮ ਸੀ ਮੋਟਰਸਾਈਕਲਾਂ ਤੇ ਆਮ ਗੱਡੀਆਂ ਤੇ ਕਲਾਕਾਰ ਖਾੜੇ ਲਾਉਣ ਚਲੇ ਜਾਂਦਾ ਸੀ, ਪਰ ਅੱਜ ਕਲਾਕਾਰ ਹੀ ਸੁਰੱਖਿਅਤ ਨਹੀਂ, ਉਹਨਾਂ ਨੂੰ ਵੀ ਸਪੈਸ਼ਲ ਸਿਕਿਉਰਿਟੀ ਗਾਰਡ ਰੱਖਣੇ ਪੈਂਦੇ ਆ ਅਜਿਹੀਆਂ ਘਟਨਾਵਾਂ ਦੇ ਕਾਰਨ। ਮੈਂ ਸਮਝਦਾ ਪੰਜਾਬ ਸਰਕਾਰ ਨੂੰ ਇਸ ਗੱਲ ਤੇ ਸੁਚੇਤ ਹੋਣਾ ਚਾਹੀਦਾ, ਕਿਉਂਕਿ ਸਾਡੇ ਮੁੱਖ ਮੰਤਰੀ ਵੀ ਉਹ ਆਰਟਿਸਟ ਨੇ, ਹੈ ਜੀ, ਉਹਨਾਂ ਨੂੰ ਚਾਹੀਦਾ ਇੱਥੇ ਵੈਸਾ ਹਰ ਬੰਦੇ ਦੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੈ, ਹੈ ਜੀ, ਪਰ ਜਿਹੜੇ ਸੈਲੀਬ੍ਰਿਟੀ ਨੇ, ਹੈ ਜੀ, ਉਹਨਾਂ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹਨਾਂ 'ਤੇ ਲੋਕਾਂ ਦੀ ਅੱਖ ਹੁੰਦੀ ਹੈ ਜੀ, ਇਸ ਕਰਕੇ ਥੋੜ੍ਹੀ ਜਿਹੀ ਸੁਰੱਖਿਆ ਚਾਹੀਦੀ। ਹਾਲੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਉਸ ਘਰ 'ਚ ਨਹੀਂ ਪਹੁੰਚਿਆ ਦੁੱਖ ਵਟਾਉਣ ਦੇ ਲਈ, ਹਾਲਾਂਕਿ ਉਹ ਘਾਟਾ ਜਿਹੜਾ ਪੂਰਾ ਨਹੀਂ ਕੀਤਾ ਜਾ ਸਕਦਾ ਸੀ, ਪਰ ਲੱਗਦਾ ਨਹੀਂ ਕਿ ਜੇਕਰ ਕੋਈ ਵਿਅਕਤੀ ਪਹੁੰਚਦਾ, ਚਾਹੇ ਉਹ ਕੋਈ ਮੰਤਰੀ ਹੁੰਦਾ, ਚਾਹੇ ਕੋਈ ਲੋਕਲ ਲੀਡਰ ਹੁੰਦਾ, ਚਾਹੇ ਕੋਈ ਵੀ ਲੀਡਰ ਹੁੰਦਾ, ਜਿਹੜਾ ਘੱਟੋ ਘੱਟ ਜਾ ਕੇ ਪਰਿਵਾਰ ਨੂੰ ਇੱਕ ਦਿਲਾਸਾ ਜ਼ਰੂਰ ਦਿੰਦਾ। ਬਿਲਕੁਲ ਚਾਹੀਦਾ ਸੀਗਾ, ਔਰ ਮੈਂ ਤਾਂ ਹੁਣ ਵੀ ਕਹੂੰਗਾ ਪੰਜਾਬ ਸਰਕਾਰ ਨੂੰ ਚਾਹੀਦਾ ਉਹਨਾਂ ਦੇ ਮਾਂ ਪਿਓ ਨੂੰ ਦਿਲਾਸਾ ਦੇਵੇ, ਉਹਨਾਂ ਕੋਲ ਆਵੇ ਔਰ ਉਹਨਾਂ ਨੂੰ ਇਹ ਗੱਲ ਦਾ ਦਿਲਾਸਾ ਦੇਵੇ ਵੀ ਸਰਕਾਰ ਤੁਹਾਡੇ ਨਾਲ ਹੈ, ਅਸੀਂ ਸਿੱਧੂ ਨੂੰ ਵਾਪਸ ਨਹੀਂ ਲਿਆ ਸਕਦੇ, ਲੇਕਿਨ ਅਸੀਂ ਤੁਹਾਡੀ ਹਰ ਗੱਲ ਮੰਨਾਂਗੇ ਔਰ ਸੇਵਾ ਕਰਨ ਨੂੰ ਤਿਆਰ ਹੈ। ਸੇਵਾ ਕਰਨ ਦੇ ਲਈ ਪੰਜਾਬ ਔਰ ਪੰਜਾਬੀਅਤ ਕੀ ਪਰਛਾਈ ਅਬ ਦੇਖੇ ABP ਸਾਂਝਾ टाटा स्काई चैनल नंबर 1929 पर। एबीपी सांझा देखने के लिए अपने केबल ऑपरेटर से अभी संपर्क करें। एबीपी सांझा, जोश, जज्बा, जुनून।